ਨਰਕ ਵਰਗੀ ਜ਼ਿੰਦਗੀ ਜਿਉਣ ਦੇ ਲਈ ਇੱਥੋਂ ਦੇ ਲੋਕ ਨੇ ਜਿਹੜੇ ਮਜ਼ਬੂਰ ਨੇ। ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਸੜਕ ਹੈ, ਇਹ ਉਹ ਮੇਨ ਗਲੀ ਹੈ ਜਿਹੜੀ ਕਿ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿੱਥੇ ਸੀਵਰੇਜ ਦਾ ਪਾਣੀ ਹੈ ਉਹ ਵੀ ਇੱਥੇ ਖੜ੍ਹਾ। ਪਰ ਦੂਸਰੇ ਪਾਸੇ ਜਿਹੜੇ ਵੀ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਹੋਈ ਸੀ ਉਹ ਬਾਰਿਸ਼ ਦਾ ਪਾਣੀ ਹੈ ਜਿਹੜਾ ਉਹ ਪੂਰੀਆਂ ਗਲੀਆਂ ਦੇ ਵਿੱਚ ਖੜ੍ਹਾ ਹੋਇਆ ਨਜ਼ਰ ਆ ਰਿਹਾ। ਇਸ ਪਾਸੇ ਵੀ ਦੇਖੋ, ਇਸ ਪਾਸੇ ਵੀ ਗਲੀ ਬਿਲਕੁਲ ਪੱਕੀ ਬਣੀ ਹੋਈ ਹੈ ਪਰ ਗਲੀ ਦੇ ਵਿੱਚ ਪਾਣੀ ਹੀ ਪਾਣੀ ਹੈ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਨੇ ਉਹ ਮੁਸ਼ਕਲਾਂ ਦੇ ਨਾਲ ਦੋ ਚਾਰ ਹੋ ਰਹੇ ਨੇ। ਦੂਸਰੇ ਪਾਸੇ ਡੇਂਗੂ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਪਿੰਡ ਦੇ ਵਿੱਚ ਫੈਲਣ ਦਾ ਖਤਰਾ ਬਣਿਆ ਹੋਇਆ। ਪਰ ਗੱਲਬਾਤ ਲੋਕਾਂ ਨਾਲ ਕਰਦੇ, ਬਜ਼ੁਰਗੋ ਕਿੰਨੇ ਦਿਨ ਹੋ ਗਏ ਇਸ ਜ਼ਿੰਦਗੀ ਦੇ ਵਿੱਚ, ਇਸ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਤੁਸੀਂ? ਭਾਈ ਮੈਂ 10-12 ਮਹੀਨਾ ਹੋ ਗਿਆ ਤੇ ਪਾਣੀ ਇਸ ਤਰ੍ਹਾਂ ਹੀ ਖੜਾ ਰਹਿੰਦਾ। ਪਾਣੀ ਦੇ ਬਿਜਲੀ ਲੋਕ ਜਾ ਰਹੇ ਆ ਸਾਰੇ ਤੇ ਬੁਰਾ ਹਾਲ ਆ ਜੀ ਦੇਖਣ। ਦਿੱਕਤ ਕਿੰਨੀ ਹੈ ਬਾਈ ਜਦੋਂ ਬੱਚੇ ਬਾਹਰ ਨਿਕਲਦੇ ਨੇ, ਬਜ਼ੁਰਗ ਬਾਹਰ ਨਿਕਲਦੇ ਨੇ? ਪਾਣੀ ਬਹੁਤ ਜ਼ਿਆਦਾ ਹੈ ਜਿਹੜੀ ਪਰੇਸ਼ਾਨੀ ਹੈ ਜੀ। ਜਿਵੇਂ ਹੁਣ ਸਕੂਲ ਜਾਣਾ ਬੱਚਿਆਂ ਨੇ ਇਹਦੇ ਵਿਚਦੀ ਜਾਂਦੇ ਆ ਜੀ, ਜਿਹੜੇ ਮਾਪੇ ਛੱਡ ਕੇ ਆਉਂਦੇ ਨੇ ਇਹਦੇ ਵਿਚਦੀ ਜਾਂਦੇ ਨੇ। ਸਾਡਾ ਗੁਰਦੁਆਰਾ ਸਾਹਿਬ ਦਾ ਮੇਨ ਰਸਤਾ ਹੈ, ਉਹ ਦੇਖ ਲਓ ਸਰਕਾਰੀ ਡਿਸਪੈਂਸਰੀ ਆਈ, ਉਹ ਡੁੱਬੀ ਪਈ ਹੈ। ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਬਿਮਾਰੀ ਦਾ ਤੁਸੀਂ ਦੇਖ ਹੀ ਰਹੇ ਹੋ ਵੀ ਬਿਮਾਰੀ ਲੱਗਣ ਦੇ ਫੁੱਲ ਚਾਂਸ ਹੀ ਹੈ ਜੀ। ਡੇਂਗੂ ਦਾ ਸੀਜ਼ਨ ਆ ਗਿਆ, ਕਹਿੰਦੇ ਬਾਰਿਸ਼ਾਂ ਤੋਂ ਬਾਅਦ ਡੇਂਗੂ ਬਹੁਤ ਹੋ ਜਾਂਦੇ, ਇੱਥੇ ਤੁਹਾਡੇ ਹਰ ਪਾਸੇ ਮੱਛਰ ਤੇ ਬੁਰਾ ਹਾਲ ਹੈਗਾ? ਹਾਂਜੀ, ਮਤਲਬ ਕਿ ਜਦੋਂ ਵੀ ਕੋਈ ਬਾਰਿਸ਼ ਹੁੰਦੀ ਹੈ ਜੀ ਇਸ ਤਰ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਜੀ। ਸਾਰੇ ਕਿਤੇ ਇਹ ਨਾ ਪਿੰਡ ਦੇ ਵਿੱਚ ਪਾਣੀ ਘੰਟੇ ਖੜਾ ਰਹਿੰਦਾ, ਸੀਵਰੇਜ ਦੇ ਵਿੱਚ ਮਿਕਸ ਆਈ ਇਹਦੇ ਵਿੱਚ। ਇੱਥੇ ਜਿਹੜੀ ਡਿਸਪੈਂਸਰੀ ਬਣੀ ਹੈ ਜੀ, ਪਿੰਡਾਂ ਵਾਲੇ ਜਦੋਂ ਵੀ ਕੋਈ ਆਉਂਦੇ ਆ ਜਾਂ ਮੰਡੀ ਵਾਲੇ ਆਉਂਦੇ ਆ ਉਦੋਂ ਮਤਲਬ ਕਿ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ, ਕਿਸੇ ਪਾਸੇ ਦੀ ਕੋਈ ਨਾਂਘਾ ਨਹੀਂ। ਟਰੈਕਟਰ ਵੀ ਦੇਖੋ ਜੀ, ਉੱਧਰ ਮਸਾਂ ਆ ਰਿਹਾ ਤੇ ਕੋਈ ਵੀ ਜਦੋਂ ਕੋਈ ਇੱਥੇ ਇਲਾਜ ਲਈ ਆਉਂਦਾ ਕੋਈ ਆਪਦਾ ਉਹ ਮਤਲਬ ਕਿ ਇੱਥੋਂ ਦੀ ਕਿਸੇ ਪਾਸੇ ਦੀ ਕੋਈ ਨਾਂਘਾ ਨਹੀਂ। ਪ੍ਰਸ਼ਾਸਨ ਕੀ ਕਹਿੰਦਾ, ਕੋਈ ਪਾਣੀ ਦਾ ਇੰਤਜ਼ਾਮ ਕੀਤਾ, ਕੋਈ ਵੈਕਮ ਕਰਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ? ਦੇਖਦੇ ਆਂਗੇ ਪਿਛਲੇ ਮਤਲਬ ਵੀ 10-15 ਸਾਲਾਂ ਤੋਂ ਜਿਹੜਾ ਮੌੜ ਕਲਾਂਗਾ ਹਰ ਵਕਤ ਇੱਥੇ ਜਿਹੜੀਆਂ ਫਿਰਨੀਆਂ ਨੇ ਮੇਨ, ਇਹ ਮੰਨ ਲਓ ਵੀ ਤੁਸੀਂ ਗੁਰੂ ਤੇਗ ਬਹਾਦਰ ਮਾਰਗ ਵੱਜਦਾ ਹੈਗਾ, ਨੌਵੇਂ ਪਾਤਸ਼ਾਹੀ ਦਾ ਗੁਰਦੁਆਰਾ ਹੈਗਾ, ਇਹ ਜਿਹੜਾ ਰਾਹ ਜਾਂਦਾ ਹੈਗਾ ਨੌਵੇਂ ਪਾਤਸ਼ਾਹੀ ਦੇ ਗੁਰਦੁਆਰੇ ਨੂੰ ਜਾਂਦਾ ਹੈਗਾ ਤੇ ਸਾਰੇ ਪਿੰਡ ਦਾ ਮੇਨ ਰਾਹ ਹੈਗਾ। ਹਰ ਵਕਤ ਇੱਥੇ ਘੱਟੋ ਘੱਟ ਗੋਡੇ ਪਾਣੀ ਰਹਿੰਦਾ ਤੇ ਜਿਹੜੇ ਮੰਨ ਲਓ ਵੀ ਸਕੂਲ ਦੇ ਬੱਚੇ ਆ ਉਹ ਵੀ ਇੱਥੋਂ ਦੀ ਜਾਂਦੇ ਨੇ, ਜਿਵੇਂ ਲੜਕੀਆਂ ਦਾ ਸਕੂਲ ਹੈਗਾ ਮੌੜ ਮੰਡੀ ਦੇ ਵਿੱਚ ਉਹ ਵੀ ਉਹਨਾਂ ਨੂੰ ਵੀ ਇੱਥੋਂ ਦੀ ਜਾਣਾ ਪੈਂਦਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਬੱਚੇ ਪੜ੍ਹਦੇ, ਹੋਰ ਵੀ ਜਿੰਨੇ ਸਕੂਲ ਨੇ। ਜੋ ਵੀ ਕੋਈ ਮੰਨ ਲਾ ਬਜ਼ੁਰਗ ਜਾਂ ਕੋਈ ਮੰਡੀ ਦੇ ਵਿੱਚ ਕੋਈ ਬੈਂਕ ਆ ਜਾਂ ਕੋਈ ਪੈਨਸ਼ਨ ਲੈਣ ਜਾਂਦਾ ਹੈਗਾ ਉਹਨਾਂ ਨੂੰ ਵੀ ਇਸ ਰਾਹ ਦੇ ਵਿੱਚ ਦੀ ਜਾਣਾ ਪੈਂਦਾ ਹੈਗਾ। ਕੋਈ ਦਵਾਈ ਬੂਟੀ ਕਿਸੇ ਬਜ਼ੁਰਗ ਕੋਈ ਬਿਮਾਰ ਹੁੰਦਾ ਹੈਗਾ ਢਿੱਲਾ ਮੱਠਾ ਐਮਰਜੈਂਸੀ ਜਾਂ ਦੇਖ ਲਓ ਤੁਸੀਂ ਇਹਦੇ ਵਿੱਚ ਦੀ ਲੰਘ ਸਕਦੇ। ਪ੍ਰਸ਼ਾਸਨ ਨਾਲ ਕੋਈ ਵਿਧਾਇਕ ਨਾਲ ਬਾਈ ਗੱਲਬਾਤ ਹੋਈ ਹੈ? ਕਹਿੰਦੇ ਆ ਕੁਛ ਪ੍ਰਸ਼ਾਸਨ ਦੇ ਸਾਰਾ ਧਿਆਨ ਚ ਹੈਗੇ, ਠੀਕ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਚ ਹੈਗਾ, ਐਮਸੀਆਂ ਦੇ ਧਿਆਨ ਚ ਹੈਗਾ, ਸਾਰਾ ਐਮਸੀ ਜਿਹੜੇ ਵਾਰਡ ਦੇ ਲੋਕਾਂ ਨੇ ਜਿਤਿਆਏ ਨੇਗੇ ਉਹਨਾਂ ਨੂੰ ਵੀ ਪਤਾ ਵੀ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਨਰਕ ਹੈਗਾ, ਪਰ ਪਤਾ ਨਹੀਂ ਕਿਉਂ ਪਤਾ ਨਹੀਂ ਉਹਨਾਂ ਦੀ ਕੋਈ ਸੁਣ ਨਹੀਂ ਰਿਹਾ, ਜਾਂ ਈਓ ਹੈਗਾ ਮੌੜ ਦਾ ਉਹਦੇ ਕੋਈ ਕੰਨਾਂ ਤਾਈ ਨਹੀਂ ਪਹੁੰਚ ਰਹੀ, ਜਾਂ ਕੋਈ MLA ਹੈਗਾ MLA ਦੇ ਕੰਨਾਂ ਤਾਈ ਨਹੀਂ ਪਹੁੰਚ ਰਹੀ, ਜਾਂ ਕੋਈ ਮੰਨ ਲਓ ਵੀ CM ਸਾਹਿਬ ਹੈਗਾ ਉਹ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੇ ਆ ਵੀ ਅਸੀਂ 1100-25 ਕਰੋੜ ਰੁਪਇਆ ਦਿੱਤਾ ਬਠਿੰਡੇ ਹਲਕੇ ਨੂੰ ਤੇ ਮੈਨੂੰ ਤਾਂ ਲੱਗਦਾ ਨਹੀਂ ਗਾ ਕਿ ਵੀ ਮੌੜ ਕਲਾਂ ਦੇ ਵਿੱਚ ਸੀਵਰੇਜ ਦਾ ਕੋਈ ਕੰਮ ਹੋਇਆ ਹੈਗਾ। ਉਹ ਕਾਗਜ਼ਾਂ ਦੇ ਹੈ ਮੌੜ ਦੇ ਲੋਕਾਂ ਦੀ ਜਿਹੜੇ ਕਿ ਨਰਕ ਵਰਗੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ। ਬਾਰਿਸ਼ ਦਾ ਪਾਣੀ ਹੈ, ਸੀਵਰੇਜ ਦਾ ਪਾਣੀ ਹੈ, ਸੜਕਾਂ 'ਤੇ ਖੜ੍ਹਾ, ਗਲੀਆਂ ਦੇ ਵਿੱਚ ਖੜ੍ਹਾ, ਔਰ ਲੋਕ ਕਹਿ ਰਹੇ ਹੈ ਕਿ ਬਿਮਾਰੀਆਂ ਫੈਲਣ ਦਾ ਖਤਰਾ। ਸਰਕਾਰ ਜੀ ਕੁਛ ਇਸ ਪਾਸੇ ਵੀ ਧਿਆਨ ਕਰੋ। ਸੂਰਜ ਪਾਨ ਨਿਊਜ਼ 18 ਪੰਜਾਬ ਮੌੜ ਮੰਡੀ।